ਰੈਡੀ ਆ ਆਪਣਾ ਪੂਰਾ ਟਰਾਲੀ ਜਿਹਾ ਰਹਿੰਦਾ ਥੋੜਾ ਬਹੁਤਾ ਕੰਮ ਜਿਹਾ ਟਰਾਲੀ ਉਹਨੇ ਖੜਾ ਕੇ ਤਿਆਰ ਕਰਨ ਲੱਗੇ ਹਾਂ ਜੀ ਪੂਰੀ ਹੈ ਤੁਹਾਨੂੰ ਤਿਆਰ ਕਰਕੇ ਦਿਖਾਉਂਦੇ ਹਾਂ ਟਰਾਲੀ ਤਿਆਰ ਕਰਨ ਦੇ ਬਾਅਦ ਗੁਰਦੁਆਰਾ ਸਾਹਿਬ ਚੋਂ ਮੈਟ ਚੱਕੇ ਜਾ ਰਹੇ ਆ ਜਿਹੜੇ ਮੈਟ ਟਰਾਲੀ ਦੇ ਵਿੱਚ ਵਿਛਾਉਣੇ ਆ ਟਰਾਲੀ ਹੁਣ ਵਿੱਚ ਤੇ ਐਨ ਇੱਕ ਨੰਬਰ 5 ਕਲਾਸ 5 ਸਟਾਰ ਹੋਟਲ ਦੇ ਕਮਰੇ ਵਰਗਾ ਬਣਾ ਦੇਣੀ ਉਹ ਸੀਲਿੰਗ ਵਾਲਾ ਤਾਂ ਡਾਊਨ ਸੀਲਿੰਗ ਵਾਲਾ ਜੋ ਸਾਨੂੰ ਮਿਸ ਕਰ ਗਿਆ ਸਾਨੂੰ ਨਾ ਟਾਈਮ ਨਹੀਂ ਦਿਆ ਕਹਿੰਦਾ ਵੀ ਟਾਈਮ ਲੱਗੂਗਾ ਉਹਦੇ ਕਰਕੇ ਹੁਣ ਸਾਨੂੰ ਇਦਾਂ ਹੀ ਟਰਾਲੀ ਲਿਆਣੀ ਪੈਣੀ ਕੀ ਕਰੀਏ ਬਹੁਤ ਔਖਾ ਹੋ ਗਿਆ 1.5 ਲੱਖ ਰੁਪਏ ਰੱਖਿਆ ਤਾਂ 1.5 ਲੱਖ ਰੁਪਏ 1.5 ਲੱਖ ਰੁਪਏ ਸਾਡਾ ਹੁਣ ਚੱਲ ਉਹ ਫੇਰ ਕੰਮ ਆ ਜੂਗਾ ਅਗਲੇ ਸਾਲ ਹੁਣ ਜਿਹੜੇ ਆਹ ਚੀਜ਼ ਹੈ ਬਹੁਤ ਬੰਦੇ ਨੇ ਉਹਦੇ ਬਾਰੇ ਪਤਾ ਸੀ ਇਹ ਗੱਬੇ ਥੋੜਾ ਜਿਹਾ ਉੱਚਾ ਰਹਿ ਜਾਂਦਾ ਪਰ ਸਾਡਾ ਬੰਦਾ ਕਹਿੰਦਾ ਕੰਮ ਮੇਰੇ ਪਰ ਛੱਡ ਦੋ ਸਾਰਾ ਕਹਿੰਦਾ ਬੈਡ ਹੈ ਨਾ ਜਿਹੜਾ ਪੂਰਾ ਅੱਗੇ ਤੇ ਲੈ ਕੇ ਪਿੱਛੇ ਤੱਕ ਇੱਕ ਬਰਾਬਰ ਬਣਾ ਕੇ ਦਊਗਾ ਸਾਰੇ ਉਰੀ ਰੱਖ ਲੂੰਗਾ ਵੀਰ ਹੁਣ ਲਾਲੀ ਆ ਸਾਡਾ ਬੰਦਾ ਕਿਤੇ ਬੈਠਾ ਆ ਬੰਦਾ ਇਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਤੁਹਾਨੂੰ 10 ਦਿਨ ਹੋ ਗਏ ਨੀਂਦ ਨੀ ਆ ਰਹੀ 10 ਦਿਨ ਹੋ ਗਿਆ ਬੰਦੇ ਨੂੰ ਨੀਂਦ ਨੀ ਆ ਰਹੀ ਉਹਦੇ ਮਾਲ ਦੇ ਜਾਣ ਦੇ ਚੱਕਰ ਚ ਗੱਦੇ ਸਭ ਲੱਭੇ ਨਹੀਂ ਯਾਦ ਹੋਣਾ ਪੈਂਦਾ ਕੀ ਗੱਲਾਂ ਕਰਦੇ
ਚੱਲ ਰਹੇ ਐਨ 5 ਸਟਾਰ ਦਾ ਕਮਰਾ ਬਣਾਵਾ ਟਰਾਲੀ ਚ ਆ ਰਹਿਣ ਦੇ ਬੁਗਿਆ ਰੱਖਿਆ ਉਹ ਪਾਟਿਆ ਵਾ ਰਹਿਣ ਦੋ ਇੰਨੇ ਕੁ ਬਹੁਤ ਹੈ ਬਾਕੀ ਰਾਸਤੇ ਦੇਖ ਲੈਂਦੇ ਆ ਹੁਣ ਟਰਾਲੀ 5 ਸਟਾਰ ਹੋਟਲ ਵਾਲਾ ਕਮਰਾ ਬਣਨਾ ਸ਼ੁਰੂ ਹੋ ਗਿਆ ਚੱਪਲਾਂ ਖੋਲ ਯਾਰ ਮੈਟ ਇਹਨੇ ਥੱਲੇ ਹੀ ਵਿਛਾ ਲਿਆ ਹਾਂ ਇਹਨੂੰ ਬਰਾਬਰ ਇਹਦਾ ਲੈਵਲ ਬਰਾਬਰ ਕਰ ਫਿਰ ਉੱਪਰ ਕਿਆ ਵਿਛਾ ਡਾਲੇ ਪਰ ਕੁਛ ਰੱਖੋ ਡਾਲੇ ਪਰ ਜੁੱਤੀਆਂ ਜਾਤੀਆਂ ਖੋਲੋ ਜੇ ਕੋਈ ਡਾਲੀ ਦਾ ਕੰਮ ਸਾਡਾ ਪੂਰਾ ਹੋ ਗਿਆ ਤਿਆਰ ਹੋਣ ਲੱਗੇ ਇਹਦੇ ਅਗਲੀ ਵੀਡੀਓ ਵਿੱਚ ਹੋਲੇ ਮਹੱਲੇ ਜਾਣ ਦਾ ਸਾਰਾ ਹੋਊਗਾ ਇਹ ਇੱਕ ਆਹ ਵੀਡੀਓ ਤੇ ਅਸੀਂ ਖਤਮ ਕਰਦਾ ਅਗਲੀ ਬਣਾ ਦੂੰਗੇ ਬਣਾਉਂਗੇ ਹੁਣ ਤਿਆਰ ਹੋ ਗਿਆ ਹੈ ਨਾ ਐ ਨਵੀਂ ਸਾਡਾ ਇੱਕ ਸਾਰਿਆਂ ਦਾ ਕੋਡ ਵਰਡ ਵੀ ਹੈ ਸਾਡੇ ਸਾਰੇ ਸੇਮ ਟੀ ਸ਼ਰਟ ਹੈ ਸੇਮ ਟੀ ਸ਼ਰਟ ਨਾ ਸੇਮ ਪਹਿਲੀ ਵਾਰ ਚੱਲੇ ਆ ਪਤਾ ਨਹੀਂ ਉੱਥੇ ਕਿਵੇਂ